ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਦੀ ਅਗਵਾਈ ਹੇਠ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪਰਬ 'ਤੇ ਸਮਾਗਮ ਐਤਵਾਰ ਨੂੰ NRC ਇੰਡਸਟਰੀ ਵੇਰਕਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ 'ਤੇ ਕੀਰਤਨ ਹੋਇਆ ਅਤੇ ਗੁਰੂ ਦੇ ਅਟੁੱਟ ਲੰਗਰ ਵਰਤਾਏ ਗਏ। ਸ਼੍ਰੀਮਤੀ ਡੋਲੀ ਸਰਬਜੀਤ ਸਿੰਘ, ਅਮਰਜੀਤ ਸਿੰਘ ਨਾਰੰਗ, ਅਮਰਜੀਤ ਸਿੰਘ ਪਸਰੀਚਾ, ਮਮਤਾ ਚੁੱਕ ਸਮੇਤ ਕਈ ਲੋਕਾਂ ਨੇ ਹਾਜ਼ਰੀ ਭਰੀ। ਉਸ ਸੱਚੇ ਪਾਤਸ਼ਾਹ ਤੋਂ ਬਲ ਬਲ ਜਾਈਏ ਜਿਸ ਨੇ ਆਪਣਾ ਸਾਰਾ ਸਰਬੰਸ ਸਵਾਰ ਕੇ ਆਪਣੀ ਝੋਲੀ ਚ ਜੋ ਹੈ ਨਾ ਉਹ ਸੱਖਣੀ ਕਰ ਲਈ ਤੇ ਸਾਡੇ ਸਾਰੇ ਜੀਵਾਂ ਨੂੰ ਕਿਹਾ ਕਿ ਆਓ ਜਿੰਨੇ ਝੋਲੀ ਚ ਬੈਠਣਾ ਬੈਠ ਜਾ। ਕਿਤਨਾ ਮਨ ਦੇ ਵਿੱਚ ਪਿਆਰ ਹੈ ਪੰਥ ਲਈ। ਅਸੀਂ ਸਵੇਰੇ ਅਰਦਾਸ ਵੀ ਕਰਦੇ ਹਾਂ ਨਾ ਤੇ ਅਰਦਾਸ ਵੀ ਕਰਦੇ ਹਾਂ ਪੰਜ ਪਿਆਰੇ ਚਾਰ ਸਾਹਿਬਜ਼ਾਦੇ। ਪਹਿਲੇ ਸਾਹਿਬਜ਼ਾਦਿਆਂ ਦਾ ਨਾਂ ਨਹੀਂ ਲਿਆ, ਪਹਿਲੇ ਪੰਜ ਪਿਆਰਿਆਂ ਦਾ ਨਾਂ ਲਿਆ। ਮੇਰੇ ਰਾਮ ਰਾਏ ਜਿਉ ਰਾਖੇ।